ਜੀ ਇਹ ਫੁੱਟ ਪੱਕੇ ਦੀ ਨਿਸ਼ਾਨੀ ਆ ਦੇ ਹਾਏ ਫੁੱਟਾਂ ਵੇਖ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਕੀ ਹਾਲ ਜੀ ਠੀਕ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਜਿਹੜੇ ਬਿਮਾਰ ਨੇ ਦੁਆ ਕਰਦੇ ਅੱਲਾਹ ਤਾਲਾ ਉਹਨਾਂ ਨੂੰ ਸ਼ਫਾ ਦੇਵੇ ਅੱਜ ਹੋ ਗਿਆ ਜੀ 10 ਮੁਹਰਮ ਅਤੇ ਪਿੰਡ ਵਾਲੇ ਜਿਹੜਾ ਕਬਰਸਤਾਨ ਹੈ ਉੱਥੋਂ ਆ ਗਏ ਹੈ ਅਤੇ ਹੁਣ ਚੱਲਿਆ ਜੀ 86 ਚੱਕ ਸਖੀ ਦਿਲੇਲ ਦੇ ਕਬਰਸਤਾਨ ਵਿੱਚ ਉੱਥੇ ਜਿਹੜੇ ਸਾਡੇ ਵੱਡ ਵਡੇਰੇ ਨੇ ਅਤੇ ਉਹਨਾਂ ਦੀ ਬਖਸ਼ਿਸ਼ ਲਈ ਦੁਆ ਕਰਾਂਗੇ ਅਤੇ ਦਿਨ ਗਰਮ ਹੋ ਰਿਹਾ ਚੱਲਦੇ ਹਾਂ ਅਤੇ ਫਿਰ ਵਾਪਸ ਆਉਂਦੇ ਹਾਂ ਦਸ ਮਾਰਨ ਦਾ ਦਿਨ ਸੀ ਅਤੇ ਅੱਬਾ ਡੇਰੇ ਹੈ ਕੋਈ ਸੀ ਅਤੇ ਮੈਂ ਕਿਹਾ ਸ਼ਾਮ ਹੋ ਗਈ ਚੱਕਰ ਲਾਵਾਂ ਅੰਬ ਦੀ ਕੰਡੀਸ਼ਨ ਦੇਖਾਂ ਜਾ ਕੇ ਕਿ ਅੰਬਲੀਆਂ ਖੜੀਆਂ ਨੇ ਕਿ ਕੋਈ ਲੈ ਗਿਆ ਅਤੇ ਫਿਲਹਾਲ ਤਕਰੀਬਨ ਖੜੀਆਂ ਨੇ ਕੈਮਰਾਮੈਨ ਵਿਖਾ ਖਾਂ ਖੜੀਆਂ ਨੇ ਨਾ ਹਾਂਜੀ ਤਕਰੀਬਨ ਖੜੀਆਂ ਨੇ ਅਤੇ ਹੁਣ ਅੰਬਲੀਆਂ ਤਾਂ ਅਮਨ ਅਮਾਨ ਖੜੀਆਂ ਅਤੇ ਹੁਣ ਜਾ ਕੇ ਫੁੱਟਾਂ ਨੂੰ ਚੱਕਰ ਲਾਉਂਦੇ ਹਾਂ ਫੁੱਟਾਂ ਹੈ ਤਾਂ ਉਹ ਲੈ ਚੱਲਦੇ ਹਾਂ ਅਤੇ ਖਾਵਾਂਗੇ ਜਾ ਕੇ ਖੱਟੀਆਂ ਮਿੱਠੀਆਂ ਹਾਏ ਫੁੱਟਾਂ ਤਰ੍ਹਾਂ ਨੂੰ ਵੀ ਨਿਗਾਹ ਮਾਰ ਲਈਏ ਉਹ ਛੋਟੀ ਜਿਹੀ ਪਈ ਹੈ ਕੋਈ ਨਹੀਂ ਜੀ ਤਰ੍ਹਾਂ ਫਿਲਹਾਲ ਕੋਈ ਨਹੀਂ ਮਿਲੀਆਂ ਕੋਈ ਤਰ੍ਹਾਂ ਤਾਂ ਲੱਭੀਆਂ ਕੋਈ ਨਹੀਂ ਅਤੇ ਫੁੱਟਾਂ ਨੂੰ ਚੱਕਰ ਲਾ ਲੈਂਦੇ ਹਾਂ ਅਤੇ ਦੇਖਦੇ ਹਾਂ ਕੋਈ ਹੈ ਉੱਥੇ ਵੀ ਕੀ ਕੋਈ ਨਹੀਂ ਸਰ ਜੀ ਇਹ ਫੁੱਟ ਪੱਕੇ ਦੀ ਨਿਸ਼ਾਨੀ ਆ ਦੇਖੋ ਜੀ ਆਪਣੇ ਆਪ ਹੀ ਉਹ ਇਹ ਤਾਂ ਕੋਈ ਨਹੀਂ ਹਜੇ ਨਿਸ਼ਾਨੀ ਲੱਗੀ ਇਹਨੂੰ ਕੱਚੀ ਹੈ ਕੱਲ੍ਹ ਤੱਕ ਪੱਕ ਜਾਏਗੀ ਆਸ ਆਪਣੇ ਆਪ ਉਤਰ ਜਾਂਦੀ ਹੈ ਹਜੇ ਕੱਚੀ ਕੱਲ੍ਹ ਪੱਕ ਜਾਏਗੀ ਵੈਸੇ ਪੱਟ ਲਈ ਤਾਂ ਸਹੀ ਹੈ ਖਰਾਬ ਹੋ ਗਈ ਕਿਸੇ ਚੀਜ਼ ਨੇ ਖਾ ਲਈ ਆਹ ਵੇਖੋ ਜੀ ਇਹ ਪੱਕੀ ਤਾਂ ਇਹਨੂੰ ਕੋਈ ਚੀਜ਼ ਖਾ ਗਈ ਹੈ ਇਹਨੂੰ ਪੱਟ ਲਈਏ ਯਾਰ ਤਾਂ ਇਹਨੇ ਖਤਮ ਹੋ ਜਾਵੇ ਉਹ ਓਕੇ ਹੋ ਗਈ ਜੀ ਕੋਈ ਨਹੀਂ ਜੀ ਇੱਕੋ ਲੱਭੀ ਬਾਕੀ ਫਿਲਹਾਲ ਕੱਚੀਆਂ ਨੇ ਚਲੋ ਸਰ ਜੀ ਚੱਕੋ ਇਹਨੂੰ ਤਾਂ ਖਾਈਏ ਇਹਨੂੰ ਤਾਂ ਇਹ ਪਈ ਸਰ ਜੀ ਇੱਕ ਪਈ ਹੈ ਛੋਟੀ ਜੀ ਚਲੋ ਜੀ ਗੁਜ਼ਾਰਾ ਸਾਡਾ ਹੋ ਗਿਆ ਦੋ ਲੱਭ ਗਈਆਂ ਨੇ ਸਾਡੇ ਵਾਸਤੇ ਬੜੀਆਂ ਨੇ ਤਿੰਨ ਬੰਦੇ ਸੀ ਅਤੇ ਤੂੰ ਡੇਢ ਇੱਕ ਫੁੱਟ ਲੱਭ ਗਈ ਹੈ ਉਹਨੂੰ ਚੱਕ ਚਲੋ ਜੀ ਇਹਨੂੰ ਪਾਣੀ ਨਾਲ ਧੋ ਕੇ ਅਤੇ ਫਿਰ ਇਹਦਾ ਟੇਸਟ ਚੈੱਕ ਕਰਦੇ ਚਾਕੂ ਤਾਂ ਹੈ ਕੋਈ ਨਹੀਂ ਡੇਰੇ ਦੇ ਪਤਾ ਨਹੀਂ ਅੰਦਰ ਪਿਉਣ ਚਾਬੀ ਕੋਈ ਨਹੀਂ ਲਿਆਉਂਦੀ ਅਤੇ ਹੁਣ ਸਰ ਜੀ ਦੇਸੀ ਤਰੀਕੇ ਨਾਲ ਇਹਨੂੰ ਕੱਟਾਂਗੇ ਅਤੇ ਹੈ ਫੁੱਟਾਂ ਵੇਖੋ ਸਰ ਜੀ ਪੱਕੀ ਬਿਲਕੁਲ ਓਕੇ ਕਰੋ ਜੀ
ਖਾ ਲਈ ਤੇ ਜਵਾਨ ਦੇ ਫੁੱਟ ਥੋੜੀ ਫਸ ਗਈ ਸੀ, ਪੁੱਛਦੇ ਆ ਕਿਤੇ ਨਾਲ ਕੀ ਬਣਿਆ। ਫੁੱਟ ਖਾ ਲਈਏ, ਕਿੱਥੇ ਫਸੀ ਆਈ, ਕਿੱਥੇ ਫਸੀ ਏ? ਅੱਛਾ, ਕਿਡੂ ਗਈ ਆਈ ਫੁੱਟ? ਅੱਛਾ, ਇੱਥੇ ਫਸ ਗਈ ਏ, ਇੱਥੇ ਜਨਾਬ ਫਸ ਗਈ ਫੁੱਟ ਨੇ ਆ ਕੀਤੀ ਇੱਕ ਵਾਰੀ, ਫਿਰ ਥੱਲੇ ਚਲੀ ਗਈ ਹੈ। ਆਉਂਦੇ ਹੋਏ ਕਾਰੀਗਰ ਤੋਂ ਟੀ ਪਾਣਾ ਲਿਆਉਂਦਾ, ਚੈੱਕ ਕਰਦੇ ਮੈਗਨੇਟ ਨੂੰ ਕਿ ਮੈਗਨੇਟ ਟੁੱਟਿਆ, ਉਹਨੂੰ ਚੈੱਕ ਕਰਦੇ ਅਗਰ ਉਹ ਠੀਕ ਹੈ ਤਾਂ ਫਿਰ ਕਨਫਰਮ ਹੈ ਕਿ ਉਹ ਟਾਈਮਿੰਗ ਚੈਨ ਟੁੱਟਿਆ, ਚੈੱਕ ਕਰਦੇ ਹਾਂ। ਹਾਂ ਜੀ, ਮੈਗਨੇਟ ਤਾਂ ਖੜਾ ਠੀਕ, ਅਤੇ ਹੁਣ ਪੱਕੀ ਗੱਲ ਹੈ ਵੀ ਇਹਦਾ ਨਾ ਟਾਈਮਿੰਗ ਚੈਨ ਦਾ ਹੀ ਮਸਲਾ, ਤਾਂ ਹੁਣ ਕਾਰੀਗਰ ਕੋਲ ਹੀ ਜਾਏਗਾ।